ਜਿਵੇਂ ਨਿਹੰਗ ਸਿੰਘ ਰਗੜਾ ਲਾਉਂਦੇ ਆ ਤੇ ਉਹ ਰਗੜਾ ਲਾਉਣ ਤੋਂ ਬਾਅਦ ਜਿਹੜਾ ਲਾਸਟ ਜਦੋਂ ਸ਼ਾਨ ਕੱਪੜ ਛਾਣ ਕਰਕੇ ਉਹ ਲਾਸਟ ਵਾਲੀ ਚੀਜ਼ ਬਣ ਜਾਂਦੀ ਉਹਨੂੰ ਨੁਗਦਾ ਬੋਲਦੇ ਆ, ਉਹ ਨੁਗਦਾ ਜਿਵੇਂ ਬੰਬ ਕਾਇੰਡ ਆਫ ਚੀਜ਼। ਤੇ ਉਹ ਜਦੋਂ ਨੁਗਦਾ ਉਹਨਾਂ ਨੇ ਸੁੱਟਣਾ ਹੁੰਦਾ, ਉਹ ਐ ਨੀ ਕਿ ਉਹਨਾਂ ਨੇ ਏਦਾਂ ਹੀ ਸੁੱਟ ਦੇਣਾ ਆ, ਉਹਨਾਂ ਦੀ ਆਪਦੀ ਅਰਦਾਸ ਕਰਦੇ ਆ ਉਹ। ਤੇ ਉਹ ਅਰਦਾਸ ਉਹ ਕਿੱਦਾਂ ਕਰਦੀ ਉਹ ਮੈਂ ਤੁਹਾਨੂੰ ਦੱਸਦੀ ਆ। ਉਹ ਏਦਾਂ ਹੁੰਦਾ ਆ, ਸੁੱਖਾ ਮਿਰਚਾ ਬਦਾਮ ਲਾਚੀਆਂ ਮਗਜ ਲੌਂਗ ਖਸਖਾਸ ਰਗੜ ਕੇ ਸਾਫ ਕੀਤਾ ਦੁਆਰ, ਨੁਕਦਾ ਜੋ ਬਾਕੀ ਜੋ ਬਚਿਆ ਸਿਰ ਮਲੇਸ਼ ਦੇ ਮਾਰ, ਉਹ ਗੁਰੂ ਕਰਦਿਆ ਦੁਸ਼ਟਾ ਨਿੰਦਗਾ ਮਲੇਸ਼ਾ, ਆ ਗਿਆ ਹੀ ਗੋਲਾ ਤੇਰਾ ਛੱਡੂ ਕੰਧ ਨਾ ਖੋਲਾ, ਤੇਰੀ ਪੱਟੀ ਨਾਸ ਤੇਰਾ ਖਾਨਾ ਖਰਾਬ, ਤੇਰੇ ਬੂਹੇ ਗਾੜੀ ਚਾਰ, ਸਿੰਘ ਚੜਨਗੇ ਸ਼ਿਕਾਰ ਦੇਣਗੇ ਤੈਨੂੰ ਮਾਰ, ਉਹ 12 ਕੋਹ ਦੀ ਜਾੜ ਤੇ 24 ਕੋਹ ਦਾ ਪੜਾ, ਦਿਨ ਕੱਟ ਲੈ ਅੰਦਰ ਵੜ ਕੇ, ਆਜੂਗਾ ਖਾਲਸਾ ਚੜ ਕੇ ਲੈ ਜੂਗਾ ਤੈਨੂੰ ਫੜ ਕੇ, ਤੂੰ ਕਰਦਾ ਸੁਖੇ ਦੀ ਬਦੀ ਤੇਰਾ ਪਿਓ ਖੋਤਾ ਤੇ ਮਾਂ ਗਦੀ, ਕੂਕਿਆਂ ਨੂੰ ਕਾਲਾ ਪਾਣੀ ਨੰਬਰਦਾਰਾਂ ਨੂੰ ਹੱਥ ਕੜੀਆਂ, ਬਾਬਰਕਿਆਂ ਨੂੰ ਦੇਸ਼ ਨਿਕਾਲਾ, ਨਿਹੰਗਾ ਸਿੰਘਾਂ ਨੂੰ ਸ਼ਹੀਦੀ ਦੇਗਾ, ਉਹ ਜਿਹੜਾ ਗੁਰੂ ਕਰਦਾ ਦੋਖੀ ਉਹਦੇ ਸਿਰ ਚ ਕਿੱਲੀ ਠੋਕੀ, ਨਾ ਪਤਲੀ ਨਾ ਮੋਟੀ ਜਿਹੜੀ ਰਵੇ ਵਿਚ ਖਲੋਤੀ, ਆ ਗਿਆ ਨੁਕਦਾ ਤੇਰੇ ਬਾਲ ਬੱਚਿਆਂ ਨੂੰ ਚੁਗਦਾ, ਕਰ ਲੈ ਸਿਰ ਨੀਵਾ ਨਹੀਂ ਤੇ ਮਾਰਿਆ ਜਾਵੇਗਾ। ਸਤਿ ਸ਼੍ਰੀ ਅਕਾਲ।